ਜਿਹੜਾ ਆਪਣਾ ਇਹ ਸਾਹਿਤ ਵਾਲਾ ਟੋਪਿਕ ਹੈ ਥੋੜ੍ਹਾ ਜ਼ਿਆਦਾ ਲੈਂਥੀ ਜਾਵੇਗਾ, ਇਸ ਕਰਕੇ ਇਸ ਨੂੰ ਆਪਾਂ ਹਾਫ ਹਾਫ ਕਰਕੇ ਕਰਾਂਗੇ, ਤਾਂ ਕਿ ਜਿਹੜਾ ਇਹ ਨਾ ਹੋਵੇ ਕਿ ਅੱਗਾ ਦੌੜ ਪਿੱਛਾ ਚੌੜ, ਹੈ ਨਾ, ਕਿ ਆਪਾਂ ਨੂੰ ਸਮਝ ਦੇ ਵਿੱਚ ਆ ਸਕੇ ਜਿਹੜਾ ਟੋਪਿਕ ਹੈ। ਆਪਾਂ ਇਸ ਨੂੰ ਰਿਲੈਕਸ ਹੋ ਕੇ ਹਾਫ ਹਾਫ ਕਰਕੇ ਕਰਾਂਗੇ। ਚਲੋ ਸਟਾਰਟ ਕਰਦੇ, ਇਸ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਦਈਏ ਕਿ ਜੇਕਰ ਤੁਸੀਂ ਹਾਲੇ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਜੇਕਰ ਕੋਈ ਵੀ ਨਵਾਂ ਬੱਚਾ ਅੱਜ ਆਪਣੇ ਨਾਲ ਜੁੜਿਆ ਹੋਰ, ਤਾਂ ਇਸ ਤੋਂ ਪਹਿਲਾਂ ਤੁਸੀਂ ਜਿਹੜੀ ਪਿੱਛੇ ਕਲਾਸਾਂ ਬਣ ਚੁੱਕੀਆਂ ਨੇ ਜੀ ਉਹਨਾਂ ਨੂੰ ਦੇਖੋ, ਤਾਂ ਕਿ ਜਿਹੜਾ ਤੁਹਾਡਾ ਜਿਹੜਾ ਲੜੀਵਾਰ ਕਹਿ ਸਕਦੇ ਆਪਾਂ ਸਾਡੇ ਨਾਲ ਤੁਸੀਂ ਜੁੜ ਸਕੋ। ਸੋ ਸਟਾਰਟ ਕਰਦੇ ਜਿਹੜੇ ਅੱਜ ਦੀ ਆਪਣਾ ਟੋਪਿਕ ਹੈ ਪੰਜਾਬੀ ਸਾਹਿਤ ਦਾ। ਹੁਣ ਦੇਖੋ ਜਿਵੇਂ ਆਪਾਂ ਸਭ ਪੜ੍ਹ ਕੇ ਹੀ ਆਏ ਹਾਂ ਨਾ ਕਿ ਸਾਹਿਤ ਦੇ ਵਿੱਚ ਹੁੰਦਾ ਕੀ ਕੁਝ। ਸਾਹਿਤ ਉਹ ਚੀਜ਼ ਹੈ ਜਿਸ ਦੇ ਵਿੱਚ ਬਹੁਤ ਕੁਝ ਸਮਾਇਆ ਹੁੰਦਾ ਹੈ। ਸਾਹਿਤ ਦੱਸਣ ਨੂੰ ਜਾਂ ਦੇਖਣ ਨੂੰ ਸਿਰਫ ਤਿੰਨ ਸ਼ਬਦਾਂ ਦਾ ਕੀ ਬਣਦਾ ਹੈ, ਤਿੰਨ ਸ਼ਬਦਾਂ ਦੇ ਜੋੜ ਨਾਲ ਇੱਕ ਬਣਦਾ ਹੈ, ਹੈ ਨਾ, ਜਾਂ ਕਹਿ ਲਈਏ ਤਿੰਨ ਅੱਖਰਾਂ ਦੇ ਜੋੜ ਨਾਲ ਬਣਦਾ ਹੈ ਸਾਹਿਤ। ਪਰ ਸਾਹਿਤ ਦਾ ਜਿਹੜਾ ਦਾਇਰਾ ਉਹ ਇੰਨਾ ਜ਼ਿਆਦਾ ਵਿਸ਼ਾਲ ਹੈ ਕਿ ਇਸ ਦੇ ਵਿੱਚ ਬਹੁਤ ਕੁਝ ਸਮੋਇਆ ਹੁੰਦਾ। ਦੇਖੋ ਸਾਹਿਤ ਨੂੰ ਸਮਾਜ ਦਾ ਦਰਪਣ ਕਿਹਾ ਜਾਂਦਾ। ਦਰਪਣ ਤੋਂ ਭਾਵ ਕੀ ਹੁੰਦਾ? ਸ਼ੀਸ਼ਾ, ਜਿਸ ਦੇ ਰਾਹੀਂ ਆਪਾਂ ਸਮਾਜ ਦਾ ਸ਼ੀਸ਼ਾ ਦੇਖ ਸਕਦੇ ਹਾਂ, ਸ਼ੀਸ਼ੇ ਰਾਹੀਂ ਆਪਾਂ ਸਮਾਜ ਨੂੰ ਦੇਖ ਸਕਦੇ ਹਾਂ। ਸਾਹਿਤ ਤੋਂ ਭਾਵ ਉਹ ਰੂਪ ਜਿਸ ਵਿੱਚ ਸਮਕਾਲੀ ਸਮਾਜ, ਪੁਰਾਣੇ ਸਮਾਜ ਜਾਂ ਸਮੇਂ ਦੀ ਤਸਵੀਰ ਨੂੰ ਦੇਖ ਸਕਦੇ ਹਾਂ, ਭਾਵ ਕਿ ਉਹ ਚੀਜ਼ਾਂ ਜਿਹੜੀਆਂ ਅੱਜ ਕੱਲ੍ਹ ਅਲੋਪ ਹੋ ਰਹੀਆਂ ਨੇ। ਤੁਹਾਨੂੰ ਸਿੱਧੇ ਸ਼ਬਦਾਂ ਵਿੱਚ ਦੱਸੀਏ ਕਿ ਜਿਹੜੀਆਂ ਚੀਜ਼ਾਂ ਅੱਜ ਆਪਣੇ ਸਾਹਿਤ ਦੇ ਵਿੱਚ ਅਲੋਪ ਹੋ ਰਹੀਆਂ ਨੇ, ਕੁਝ ਕੁ ਹੈਗੀਆਂ ਨੇ ਕੁਝ ਕੁ ਨਹੀਂ, ਉਹ ਸਭ ਚੀਜ਼ਾਂ ਦੀ ਜਿਹੜੀ ਤਸਵੀਰ ਪੇਸ਼ ਕਰਦਾ। ਕੌਣ ਪੇਸ਼ ਕਰਦਾ? ਸਾਹਿਤ। ਹੁਣ ਦੇਖੋ ਜਿਹੜਾ ਸਾਹਿਤ ਆ ਉਹ ਇਕੱਲਾ ਪੰਜਾਬੀ ਵਿੱਚ ਹੀ ਨਹੀਂ, ਸਾਹਿਤ ਹੈ ਜਿਹੜਾ ਉਹ ਇਕੱਲਾ ਪੰਜਾਬੀ ਵਿੱਚ ਹੀ ਨਹੀਂ, ਸਗੋਂ ਦੁਨੀਆ ਦੇ ਹਰੇਕ ਭਾਸ਼ਾ ਦੇ ਵਿੱਚ ਕਹਿੰਦੇ ਜਿਹੜੇ ਸਾਹਿਤ ਦੇ ਰੂਪ ਮਿਲਦੇ ਨੇਗੇ। ਕਿਉਂ ਮਿਲਦੇ ਨੇ? ਕਿਉਂਕਿ ਇਹ ਨਹੀਂ ਕਿ ਆਪਣਾ ਇਕੱਲਾ ਇਕੱਲਾ ਪੰਜਾਬੀ ਦਾ ਹੀ ਸਾਹਿਤ ਹੋਵੇਗਾ। ਹਿੰਦੀ ਦਾ ਵੀ ਅਲੱਗ ਹੈ, ਸੰਸਕ੍ਰਿਤ ਦਾ ਵੀ ਅਲੱਗ ਹੈ, ਇੰਗਲਿਸ਼ ਦਾ ਵੀ ਅਲੱਗ ਹੈ, ਹੈ ਨਾ, ਅਲੱਗ ਅਲੱਗ ਭਾਸ਼ਾਵਾਂ ਦੇ ਅਲੱਗ ਅਲੱਗ ਸਾਹਿਤ ਨੇਗੇ। ਹੁਣ ਦੇਖੋ ਜਿਨ੍ਹਾਂ ਦੁਆਰਾ ਕਹਿੰਦੇ ਸਾਹਿਤਕਾਰਾਂ ਨੇ ਆਪਣੇ ਵਿਚਾਰ ਅਤੇ ਜਿਹੜੇ ਆਪਣੇ ਭਾਵਾਂ ਨੂੰ ਲੋਕਾਂ ਤੱਕ ਪਹੁੰਚਾਇਆ। ਹੁਣ ਸਾਹਿਤ ਉਹ ਚੀਜ਼ ਹੈ ਜਿਸ ਦੇ ਵਿੱਚ ਜਿਹੜੇ ਅਨੇਕ ਪ੍ਰਕਾਰ ਦੇ ਸਾਹਿਤ ਦੇ ਰੂਪ ਮਿਲਦੇ ਨੇ, ਅਤੇ ਇਹਨਾਂ ਰੂਪਾਂ ਦੇ ਰਾਹੀਂ ਸਾਹਿਤਕਾਰ ਨੇ ਜਿਹੜੇ ਆਪਣੇ ਵਿਚਾਰ ਨੇ ਜਾਂ ਭਾਵ ਨੇ ਜਾਂ ਮਨੋਭਾਵ ਨੇ ਉਹ ਲੋਕਾਂ ਤੱਕ ਪਹੁੰਚਾਏ ਨੇ। ਹੁਣ ਦੇਖੋ ਆਪਾਂ ਸਾਹਿਤ ਦੇ ਰੂਪ ਦੇਖਦੇ ਹਾਂ, ਸਾਹਿਤ ਦੇ ਰੂਪ ਕਿਹੜੇ ਕਿਹੜੇ ਹੁੰਦੇ ਨੇ? ਜਿਹਦੇ ਵਿੱਚ ਕਵਿਤਾ ਹੁੰਦੀ ਹੈ, ਨਿਬੰਧ ਹੁੰਦਾ, ਨਾਵਲ, ਨਿੱਕੀ ਕਹਾਣੀ, ਇਕਾਂਗੀ, ਨਾਟਕ, ਜੀਵਨੀ, ਸਵੈ ਜੀਵਨੀ, ਸਫ਼ਰਨਾਮਾ, ਇਹ ਸਭ ਚੀਜ਼ਾਂ ਨਾ ਆਪਾਂ ਇਹਨਾਂ ਟੋਪਿਕਾਂ ਦੇ ਵਿੱਚ ਕਰਾਂਗੇ। ਇਹ ਚੀਜ਼ਾਂ ਆਪਾਂ ਇਹਨਾਂ ਟੋਪਿਕਾਂ ਦੇ ਵਿੱਚ ਇੱਕ ਇੱਕ ਕਰਕੇ ਸਭ ਕਰਾਂਗੇ। ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ, ਸਾਹਿਤ ਦੇ ਕਈ ਰੂਪ ਨੇ, ਸਾਹਿਤ ਦੇ ਕਈ ਰੂਪ ਹੁੰਦੇ ਨੇ। ਜੇ ਮੈਂ ਤੁਹਾਨੂੰ ਦੱਸਦਾ, ਦੇਖੋ ਜਿਹੜਾ ਇਹਦਾ ਪਹਿਲਾ ਰੂਪ ਆ ਉਹ ਆਪਾਂ ਕਿਹੜੀ ਗੱਲ ਕਰ ਰਹੇ ਹਾਂ? ਅੱਜ ਕਵਿਤਾ ਦੀ। ਸਭ ਤੋਂ ਪਹਿਲੇ ਜਿਹੜੇ ਰੂਪ ਆਪਾਂ ਕਿਸ ਤੋਂ ਸਟਾਰਟ ਕਰ ਰਹੇ ਹਾਂ? ਕਵਿਤਾ ਤੋਂ। ਕਵਿਤਾ ਕਹਿੰਦੇ ਜੀਵਨ ਦੀ ਅੰਦਰਲੀ ਰਸ ਭਰੀ ਦਸ਼ਾ ਦਾ ਨਾਮ ਹੈ। ਕਵਿਤਾ ਜੀਵਨ ਦੀ ਅੰਦਰਲੀ ਰਸ ਭਰੀ ਦਸ਼ਾ ਦਾ ਨਾਮ ਹੈ, ਕਿਉਂਕਿ ਕਵਿਤਾ ਉਹ ਚੀਜ਼ ਹੈ ਉਦੋਂ ਨਿਕਲਦੀ ਆ ਕਹਿੰਦੇ ਕਿਸੇ ਵੀ ਇਨਸਾਨ ਦੇ ਅੰਦਰੋਂ, ਜਿਸਦੇ ਜਦੋਂ ਉਹਦੇ ਜਿਹੜੇ ਮਨੋਭਾਵ ਹੁੰਦੇ ਨੇ, ਹੈ ਨਾ, ਉਹ ਕਿਸੇ ਅੱਗੇ ਪ੍ਰਗਟਾਵਾ ਕਰਨਾ ਚਾਹੁੰਦਾ ਜਾਂ ਕਿਸੇ ਵੀ ਪ੍ਰਕਾਰ ਦੀ ਜਿਹੜੀ ਕੋਈ ਵੀ ਭਾਵ ਹੁੰਦੇ ਨੇ, ਹੈ ਨਾ, ਤਾਂ ਉਹ ਕਵਿਤਾ ਰੂਪ ਲੈ ਲੈਂਦੇ ਨੇ। ਹੁਣ ਦੇਖੋ ਕਵਿਤਾ ਕੀ ਹੈ? ਇੱਕ ਕਲਪਨਾ ਦਾ ਪ੍ਰਗਟਾਵਾ, ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ, ਮਨੋਭਾਵ, ਕਲਪਨਾ ਕਰਨਾ। ਰਾਗ ਦਾ ਜਿਹੜਾ ਕਵਿਤਾ ਨਾਲ ਡੂੰਘਾ ਸੰਬੰਧ ਹੈ। ਜਿਹੜੀ ਕਵਿਤਾ ਹੈਗੀ ਰਾਗ 'ਤੇ ਆਧਾਰਿਤ ਹੁੰਦੀ ਹੈ, ਰਾਗ 'ਤੇ ਆਧਾਰਿਤ ਹੁੰਦੀ ਹੈ ਕਵਿਤਾ। ਹੁਣ ਦੇਖੋ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਨੇ ਵੀ ਕਿਹਾ, ਪਿਆਰ ਦੇ ਵਿੱਚ ਮੋਏ ਹੋਏ ਬੰਦਿਆਂ ਦੇ ਸਾਧ ਬਚਨ ਹੀ ਕੀ ਨੇ? ਕਵਿਤਾ ਨੇ। ਇਹ ਪਿਆਰ ਕਿਸੇ ਵੀ ਵਿਧ ਦੇ ਵਿੱਚ ਲੈ ਲਓ, ਦੁਨਿਆਵੀ ਦੇ ਵਿੱਚ ਲੈ ਲਓ ਜਾਂ ਅਧਿਆਤਮਕਤਾ ਦੇ ਵਿੱਚ ਲੈ ਲਓ, ਹੈ ਨਾ, ਉਹ ਚੀਜ਼ ਹੋਗੀ ਕਿ ਪਿਆਰ ਦੇ ਵਿੱਚ ਜਿਹੜੇ ਮੋਏ ਬੰਦੇ ਹੁੰਦੇ ਨੇ ਉਹਨਾਂ ਦੇ ਸਾਧ ਬਚਨ ਹੀ ਪ੍ਰੋਫੈਸਰ ਪੂਰਨ ਸਿੰਘ ਨੇ ਕੀ ਮੰਨੇ ਨੇ? ਕਵਿਤਾ ਮੰਨੇ ਨੇ। ਹੁਣ ਇੱਥੋਂ ਤੱਕ ਤੁਸੀਂ ਸਮਝ ਗਏ ਹੋਵੋਗੇ ਕਿ ਕਵਿਤਾ ਹੁੰਦੀ ਕੀ ਹੈ, ਠੀਕ ਹੈ ਜੀ। ਹੁਣ ਦੇਖੋ ਕਵਿਤਾ ਦੇ ਵਿੱਚ ਕੀ ਹੁੰਦਾ? ਭਾਵ ਹੁੰਦੇ ਨੇ, ਰੰਗ ਹੁੰਦੀ ਹੈ, ਬੁੱਧੀ ਅਲੰਕਾਰ ਹੁੰਦਾ, ਅਨੁਭਵ ਹੁੰਦਾ, ਕਲਪਨਾ ਹੁੰਦੀ ਹੈ, ਸ਼ੈਲੀ ਹੁੰਦੀ ਹੈ। ਇਹ ਸਭ ਚੀਜ਼ਾਂ ਕਿਸ ਚੀਜ਼ ਦੇ ਵਿੱਚ ਸਮਾਈਆਂ ਹੋਈਆਂ ਹੁੰਦੀਆਂ ਨੇ? ਕਵਿਤਾ ਦੇ ਵਿੱਚ ਇਹ ਸਭ ਚੀਜ਼ਾਂ ਸਮਾਈਆਂ ਹੁੰਦੀਆਂ ਨੇ। ਅਲੰਕਾਰ ਤਾਂ ਸਭ ਤੋਂ ਮੇਨ ਗਹਿਣਾ ਹੁੰਦਾ ਕਵਿਤਾ ਦਾ, ਠੀਕ ਹੈ। ਉਸ ਤੋਂ ਬਾਅਦ ਦੇਖੋ ਕਵਿਤਾ ਦੇ ਮੁੱਖ ਤੱਤ ਕਿਹੜੇ ਕਿਹੜੇ ਹੁੰਦੇ ਨੇ? ਕਵਿਤਾ ਦੇ ਮੁੱਖ ਦੋ ਤੱਤ ਪਾਏ ਜਾਂਦੇ ਨੇ, ਇੱਕ ਹੁੰਦਾ ਵਿਸ਼ਾ, ਇੱਕ ਹੁੰਦਾ ਰੂਪ। ਇੱਕ ਹੁੰਦਾ ਰੂਪ। ਵਿਸ਼ਾ ਕਿਸ ਚੀਜ਼ 'ਤੇ ਆਧਾਰਿਤ ਹੈ, ਰੂਪ ਕਿਹੜਾ ਹੁੰਦਾ? ਦੇਖੋ ਵਿਸ਼ੇ ਦੇ ਵਿੱਚ ਕੀ ਹੁੰਦਾ? ਵਿਚਾਰ ਹੁੰਦਾ, ਕਲਪਨਾ ਹੁੰਦੀ ਹੈ, ਜਜ਼ਬਾ ਹੁੰਦਾ। ਵਿਚਾਰ ਹੁੰਦਾ, ਕਲਪਨਾ ਹੁੰਦੀ ਹੈ ਅਤੇ ਜਜ਼ਬਾ ਸ਼ਾਮਿਲ ਹੁੰਦਾ ਕਵੀ ਦਾ, ਠੀਕ ਹੈ। ਉਸ ਤੋਂ ਬਾਅਦ ਦੇਖੋ
ਰੂਪ ਦੇ ਵਿੱਚ ਕੀ ਹੁੰਦਾ? ਸ਼ਬਦਾਂ ਵਿਚਲਾ ਸੰਗੀਤ, ਲੈ, ਛੰਦ, ਪ੍ਰਬੰਧ ਅਤੇ ਸ਼ਬਦਾਵਲੀ ਆਦਿ ਹੁੰਦੇ ਨੇ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ, ਕਵਿਤਾ ਦੇ ਵਿੱਚ ਸੰਗੀਤ ਵੀ ਹੁੰਦਾ, ਲੈਅ ਵੀ ਹੁੰਦਾ, ਛੰਦ ਵੀ ਹੁੰਦੇ ਨੇ ਅਤੇ ਸ਼ਬਦਾਵਲੀ ਵੀ ਹੁੰਦੀ ਹੈ, ਜਿਸ ਦੇ ਰਾਹੀਂ ਜਿਹੜਾ ਰਾਈਟਰ ਕਵਿਤਾ ਨੂੰ ਪੇਸ਼ ਕਰਦਾ। ਠੀਕ ਹੈ, ਉਸ ਤੋਂ ਬਾਅਦ ਦੇਖੋ ਕਵਿਤਾ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ, ਕਵਿਤਾ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ। ਕਵਿਤਾ ਦੀਆਂ ਦੋ ਕਿਸਮਾਂ ਪਾਈਆਂ ਜਾਂਦੀਆਂ ਨੇ, ਇੱਕ ਹੁੰਦੀ ਹੈ ਅੰਤਰਮੁਖੀ, ਇੱਕ ਹੁੰਦੀ ਹੈ ਬਾਹਰਮੁਖੀ। ਇੱਕ ਅੰਤਰਮੁਖੀ, ਇੱਕ ਬਾਹਰਮੁਖੀ। ਦੇਖੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਅੰਤਰਮੁਖੀ ਕਵਿਤਾ ਦੀ। ਅੰਤਰਮੁਖੀ ਕਵਿਤਾ ਕੀ ਹੁੰਦੀ ਹੈ? ਇਸ ਦੇ ਵਿੱਚ ਕਹਿੰਦੇ ਕਵੀ ਦੇ ਆਪਣੇ ਨਿੱਜੀ ਵਿਚਾਰਾਂ ਅਤੇ ਅਨੁਭਵਾਂ ਦੇ ਆਧਾਰ ਉੱਤੇ ਰਚਨਾ ਕੀਤੀ ਹੁੰਦੀ ਹੈ। ਭਾਵ ਕਿ ਅੰਤਰਮੁਖ ਕਵਿਤਾ ਉਹ ਹੁੰਦੀ ਹੈ ਜਿਹਦੇ ਵਿੱਚ ਕਵੀ ਦਾ ਜਿਹੜਾ ਆਪਣਾ ਨਿੱਜੀ ਵਿਚਾਰਾਂ ਅਤੇ ਅਨੁਭਵਾਂ ਨੂੰ ਮਿਲਾ ਕੇ ਜਿਹੜੀ ਰਚਨਾ ਕਰਦਾ, ਉਹ ਰਚਨਾ ਕਿਹੜੀ ਹੁੰਦੀ ਹੈ? ਅੰਤਰਮੁਖੀ ਹੁੰਦੀ ਹੈ। ਠੀਕ ਹੈ, ਬਾਹਰਮੁਖੀ ਰਚਨਾ ਕਿਹੜੀ ਹੋ ਗਈ? ਇਸ ਦੇ ਵਿੱਚ ਗੈਰ ਨਿੱਜੀ ਦੁਨੀਆ ਦੇ ਤਜਰਬਿਆਂ ਨੂੰ ਆਧਾਰ ਬਣਾਇਆ ਜਾਂਦਾ, ਜਿਹਦੇ ਵਿੱਚ ਅੰਤਰਮੁਖੀ ਸ਼ਾਮਿਲ ਨਾ ਹੋ ਕੇ ਬਾਹਰਮੁਖੀ, ਬਾਹਰਮੁਖੀ ਭਾਵ ਗੈਰ ਨਿੱਜੀ ਦੁਨੀਆ ਦੇ ਤਜਰਬਿਆਂ ਨੂੰ ਆਧਾਰ ਬਣਾਇਆ ਹੁੰਦਾ, ਉਸ ਚੀਜ਼ ਨੂੰ ਕੀ ਕਿਹਾ ਜਾਂਦਾ ਗਾ? ਬਾਹਰਮੁਖੀ। ਪਤਾ ਲੱਗ ਗਿਆ ਕਵਿਤਾ ਦੀ ਕਿੰਨੀਆਂ ਕਿਸਮਾਂ ਹੁੰਦੀਆਂ ਨੇ, ਦੋ ਭਾਵ ਕਿ ਕਵਿਤਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਦੋ ਪ੍ਰਕਾਰ ਦੀ। ਉਸ ਤੋਂ ਬਾਅਦ ਦੇਖੋ ਕਵਿਤਾ ਦੇ ਉਪਭੇਦ ਕਿਹੜੇ ਕਿਹੜੇ ਹਨ? ਹੁਣ ਦੇਖੋ ਇੱਕ ਕਵਿਤਾ ਭਾਵ ਚੀਜ਼ ਇੱਕ ਹੋ ਗਈ, ਹੁਣ ਅੱਗੇ ਇਹਦੇ ਚੈਪਟਰ ਵੰਡੇ ਜਾਣਗੇ ਕਿ ਕਿੰਨੇ ਇਹਦੇ ਅਲੱਗ ਅਲੱਗ ਭਾਗ ਨੇਗੇ। ਠੀਕ ਹੈ, ਸਭ ਤੋਂ ਪਹਿਲਾਂ ਦੇਖੋ ਬਾਰਾਂਮਾਹਾਂ। ਬਾਰਾਂਮਾਹਾਂ ਆਪਾਂ ਪੜ੍ਹ ਕੇ ਵੀ ਆਏ ਹਾਂ ਸਾਰੇ, ਹੈ ਨਾ, ਪਲੱਸ ਟੂ ਲੈਵਲ ਤੱਕ ਤਾਂ ਟੋਟਲੀ ਇਹ ਚੀਜ਼ਾਂ ਸਭ ਸ਼ਾਮਿਲ ਹੋ ਜਾਂਦੀਆਂ ਨੇ ਜੇਕਰ ਦੇਖਿਆ ਜਾਵੇ। ਬਾਰਾਂਮਾਹਾਂ ਤੋਂ ਕੀ ਭਾਵ ਹੁੰਦਾ? ਜਿਸ ਦੇ ਵਿੱਚ ਦੇਸੀ ਸੰਮਤ, ਦੇਸੀ ਸੰਮਤ ਦੇ 12 ਮਹੀਨਿਆਂ ਦੇ ਨਾਵਾਂ ਉੱਪਰ ਛੰਦ ਰਚੇ ਜਾਂਦੇ ਹਨ, ਉਸ ਚੀਜ਼ ਨੂੰ ਕੀ ਕਿਹਾ ਜਾਂਦਾ ਹੈਗਾ? ਬਾਰਾਂਮਾਹ ਕਿਹਾ ਜਾਂਦਾ। ਜਿਵੇਂ ਦੇਸੀ ਮਹੀਨੇ ਨਹੀਂ ਹੁੰਦੇ, ਚੇਤ, ਅੱਸੂ, ਫੱਗਣ, ਹੈ ਨਾ, ਉਹ ਚੀਜ਼ਾਂ। ਬਾਰਾਂਮਾਹ ਚੇਤ ਦੇ ਮਹੀਨੇ ਤੋਂ ਸ਼ੁਰੂ ਹੁੰਦਾ। ਦੇਖੋ ਇਹਦੀ ਜਿਹੜੀ ਸਭ ਤੋਂ ਵੱਡੀ ਖਾਸੀਅਤ ਕੀ ਹੈ, ਜਿਹੜੇ ਬਾਰਾਂਮਾਹ ਗਾ ਚੇਤ ਦੇ ਮਹੀਨੇ ਤੋਂ ਸਟਾਰਟਿੰਗ ਕਰਦੇ ਨੇ, ਚੇਤ ਦੇ ਮਹੀਨੇ ਤੋਂ ਇਹਦੀ ਸਟਾਰਟਿੰਗ ਹੁੰਦੀ ਹੈ। ਠੀਕ ਹੈ, ਦੇਖੋ ਜਿਹੜਾ ਇਹਦਾ ਵਿਧਾ ਹੁੰਦਾ ਉਹ ਕੀ ਹੁੰਦਾ? ਇਸਦਾ ਜਿਹੜਾ ਮੁੱਖ ਵਿਸ਼ਾ ਹੁੰਦਾ ਪ੍ਰੀਤਮ ਦੇ ਵਿਛੋੜੇ ਅਤੇ ਮਿਲਾਪ, ਪ੍ਰੀਤਮ ਦੇ ਵਿਛੋੜੇ ਅਤੇ ਮਿਲਾਪ, ਦੁੱਖ, ਵਿਛੋੜੇ ਦਾ ਦੁੱਖ, ਮਿਲਾਪ ਦੀ ਤਾਂਘ ਅਤੇ ਸੁੱਖ ਆਦਿ ਹੁੰਦਾ ਹੈ। ਇਸ ਵਿੱਚ ਜਿਹੜਾ ਛੰਦ ਦਾ ਕੋਈ ਵੀ ਖਿਆਲ ਨਹੀਂ ਰੱਖਿਆ ਜਾਂਦਾ, ਭਾਵ ਕਿ ਛੰਦ ਕੋਈ ਮਰਜ਼ੀ ਚੱਲਾਉਂਦੇ ਉਸਦੇ ਵਿੱਚ, ਪਰ ਜਿਹੜਾ ਮੇਨ ਚੀਜ਼ ਕੀ ਹੁੰਦੀ ਹੈ, ਜਿਹੜੀ ਆਪਾਂ ਕੋਈ ਵੀ ਤੁੱਕ ਸ਼ੁਰੂ ਕਰਦੇ ਉਸਦੇ ਅੱਗੇ ਕੀ ਆਉਣਾ ਚਾਹੀਦਾ? ਦੇਸੀ ਮਹੀਨੇ ਦਾ ਨਾਮ ਜ਼ਰੂਰ ਆਉਣਾ ਚਾਹੀਦਾ। ਠੀਕ ਹੈ ਜੀ, ਉਮੀਦ ਆ ਕਿ ਤੁਹਾਨੂੰ ਇੱਥੇ ਤੱਕ ਸਮਝ 'ਚ ਆ ਗਿਆ ਹੋਊਗਾ। ਦੇਖੋ ਜਿਹੜੇ ਇਹ ਹੁੰਦੇ ਨਾ, ਸੋਰੀ, ਜਿਵੇਂ ਕਿਹਾ ਜਾਂਦਾ ਪ੍ਰੀਤਮ ਦੇ ਵਿਛੋੜੇ ਅਤੇ ਮਿਲਾਪ ਦੀ ਤਾਂਘ, ਇਸ ਦੇ ਵਿੱਚ ਨਾ ਇਹ ਨਹੀਂ ਹੈਗਾ ਕਿ ਜਿਹੜਾ ਦੁਨਿਆਵੀ ਹੋ ਗਿਆ, ਖਾਸ ਤੌਰ 'ਤੇ ਜਿਹੜੀ ਅਧਿਆਤਮਿਕ ਤੌਰ ਦੀਆਂ ਜਿਹੜੀ ਕਵਿਤਾਵਾਂ ਨੇ ਉਹਨਾਂ ਦੇ ਵਿੱਚ ਇਹ ਚੀਜ਼ਾਂ ਜ਼ਿਆਦਾ ਪਾਈਆਂ ਜਾਂਦੀਆਂ। ਠੀਕ ਹੈ, ਉਸ ਤੋਂ ਬਾਅਦ ਦੇਖੋ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਬਾਰਾਂਮਾਹਾਂ ਦੀ ਰਚਨਾ ਰਾਗ ਤੁਖਾਰੀ ਵਿੱਚ ਕੀਤੀ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜੇ ਦੁਨਿਆਵੀ ਪਿਆਰ ਨੂੰ ਛੱਡ ਕੇ ਅਧਿਆਤਮਿਕ ਪਿਆਰ ਦੀ ਤਰਫ ਇਹ ਜ਼ਿਆਦਾ ਝੁਕਦੀਆਂ ਹੁੰਦੀਆਂ ਨੇ ਚੀਜ਼ਾਂ। ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਕੀ ਕੀਤੀ ਹੈ? ਬਾਰਾਂਮਾਹਾਂ ਦੀ ਰਚਨਾ ਕੀਤੀ ਹੈ। ਕਿਹੜੇ ਰਾਗ ਦੇ ਵਿੱਚ? ਰਾਗ ਤੁਖਾਰੀ ਦੇ ਵਿੱਚ। ਠੀਕ ਹੈ ਜੀ, ਉਸ ਤੋਂ ਬਾਅਦ ਦੇਖੋ ਉਦਾਹਰਨ ਦੇਖੋ ਇਸਦੀ। ਜਿਵੇਂ ਚੇਤ ਤੋਂ ਸ਼ੁਰੂ ਹੁੰਦਾ ਹੈ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਇਸਦੇ ਵਿੱਚ ਛੰਦਾਂ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ ਛੰਦ ਦਾ, ਪਰ ਕੀ ਹੁੰਦਾ ਜਿਹੜੇ ਦੇਸੀ ਮਹੀਨੇ ਦਾ ਨਾਮ ਅੱਗੇ ਆਉਣਾ ਚਾਹੀਦਾ। ਦੇਖੋ ਵਿਸਾਖ ਪਕੜੀ ਦਾਖ ਵੇ ਆਲੜੀ ਤੋੜ ਨਾ ਸਕਾਂ ਵੇ ਤੂੰ ਗਿਓ ਪਰਦੇਸ ਮੈਂ ਦਾਖ ਕਿਦ ਵਿਦ ਰੱਖਾਂ। ਸਭ ਤੋਂ ਪਹਿਲਾਂ ਕਿਸ ਚੀਜ਼ ਦਾ ਨਾਮ ਆ ਰਿਹਾ? ਦੇਸੀ ਮਹੀਨੇ ਦਾ। ਠੀਕ ਹੈ ਜੀ, ਉਸ ਤੋਂ ਬਾਅਦ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਛੰਦ ਕੋਈ ਵੀ ਹੋਵੇ। ਦੇਖੋ ਦੂਸਰਾ, ਜਿਵੇਂ ਸਭ ਤੋਂ ਪਹਿਲਾਂ ਕਿਸ ਚੀਜ਼ ਦਾ ਨਾਮ ਆ ਰਿਹਾ? ਦੇਸੀ ਮਹੀਨੇ ਜੇਠ ਤੋਂ ਸ਼ੁਰੂ ਕੀਤਾ ਗਿਆ। ਠੀਕ ਹੈ, ਉਸ ਤੋਂ ਬਾਅਦ ਦੇਖੋ ਸਤਵਾਰਾ ਕੀ ਹੁੰਦਾ ਹੈ? ਹੁਣ ਦੇਖੋ ਸਭ ਤੋਂ ਪਹਿਲਾਂ ਕੀ ਸੀ ਜਿਹੜੀ ਕਵਿਤਾ ਦੇ ਵਿੱਚ? ਬਾਰਾਂਮਾਹ ਸੀ, ਹੈ ਨਾ। ਉਸ ਤੋਂ ਬਾਅਦ ਜਿਹੜੀ ਇਹਦੇ ਦੂਸਰਾ ਟੋਪਿਕ ਚੱਲ ਪਿਆ। ਦੇਖੋ ਕਵਿਤਾ ਦੇ ਅਲੱਗ ਅਲੱਗ ਭੇਦ ਨੇ, ਇਹ ਕਵਿਤਾ ਦੇ ਅਲੱਗ ਅਲੱਗ ਭੇਦ ਨੇ, ਜਿਹਦੇ ਵਿੱਚ ਪਹਿਲੇ ਨੰਬਰ ਦੇ ਵਿੱਚ ਕੀ ਆ ਰਿਹਾ ਹੈਗਾ? ਬਾਰਾਂਮਾਹਾਂ। ਠੀਕ ਹੈ ਜੀ, ਬਾਰਾਂਮਾਹਾਂ। ਅਤੇ ਜਿਹੜਾ ਦੂਸਰਾ ਨੰਬਰ ਹੀ ਸਟਾਰਟ ਹੋ ਗਈ, ਉਸਦੇ ਵਿੱਚ ਕੀ ਹੈ? ਸਤਵਾਰਾ, ਛੀ ਹਰਫੀ, 35 ਅੱਖਰੀ, ਇਹ 3 ਚੀਜ਼ਾਂ ਪਾਈਆਂ ਨੇ। ਇਹ ਵੀ ਕਿਹਦੇ ਵਿੱਚ ਹੀ ਆ ਗਈਆਂ? ਕਵਿਤਾ ਦੇ ਰੂਪ ਨੇ ਇਹ। ਹੁਣ ਦੇਖੋ ਸਤਵਾਰਾ ਕੀ ਹੁੰਦਾ ਹੈ? ਜਿਵੇਂ ਨਾਮ ਤੋਂ ਪਤਾ ਲੱਗ ਗਿਆ ਸਤਵਾਰਾ, ਹਫ਼ਤੇ ਦੇ ਸਤਵਾਰਾ ਦੇ ਨਾਮ ਉੱਤੇ ਰਚੀ ਛੰਦਾਂ ਦੀ ਲੜੀ ਨੂੰ ਸਤਵਾਰਾ ਆਖਦੀ ਹਨ। ਭਾਵ ਹਫ਼ਤੇ ਦੇ 7 ਦਿਨ ਹੁੰਦੇ ਨੇ ਨਾ, ਉਹਨਾਂ 7 ਦਿਨਾਂ ਦੇ ਆਧਾਰ 'ਤੇ ਜਿਹੜੀ ਰਚਨਾ ਰਚੀ ਜਾਂਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਗਾ? ਸਤਵਾਰਾ ਰਚੇ ਕਿਹਾ ਜਾਂਦਾ। ਹੁਣ ਦੇਖੋ ਇੱਕ ਖਾਸੀਅਤ ਇਸਦੀ ਕੀ ਹੈ? ਜਿਹੜੀ ਆਮ ਕਰਕੇ ਜਿਹੜੀ ਇਹ ਚੀਜ਼ ਹੈ ਨਾ, ਇਹ ਐਤਵਾਰ ਤੋਂ ਸਟਾਰਟ ਕੀਤੀ ਜਾਂਦੀ ਹੈ। ਜਿਹੜੇ ਆਪਣੇ ਕਵੀ ਨੇ, ਹੈ ਨਾ, ਜਾਂ ਕੋਈ ਹੋਰ ਨਹੀਂ, ਉਹ ਇਸ ਨੂੰ ਐਤਵਾਰ ਤੋਂ ਸਟਾਰਟ ਕਰਦੇ ਨੇ। ਪਰ ਜਿਹੜੇ ਮੁਸਲਮਾਨ ਨੇ,
ਜਿੰਨੇ ਵੀ ਮੁਸਲਮਾਨ ਕਵੀ ਨੇ ਉਹ ਇਸ ਨੂੰ ਸ਼ਨਿਚਰਵਾਰ ਤੋਂ ਸਟਾਰਟ ਕਰਦੇ ਨੇ, ਭਾਵ ਜੁਮੇ ਤੋਂ, ਕਿਉਂਕਿ ਜੁਮਾ ਉਹਨਾਂ ਵਾਸਤੇ ਕੀ ਹੁੰਦਾ ਗਾ, ਸਭ ਤੋਂ ਜ਼ਿਆਦਾ ਪਵਿੱਤਰ ਦਿਨ ਮੰਨਿਆ ਜਾਂਦਾ, ਹੈ ਨਾ। ਇਸ ਕਰਕੇ ਉਹ ਕਿਸ ਚੀਜ਼ ਤੋਂ ਸਟਾਰਟ ਕਰਦੇ ਨੇ, ਸ਼ਨਿਚਰਵਾਰ ਤੋਂ ਸਟਾਰਟ ਕਰਦੇ ਨੇ ਇਸ ਨੂੰ, ਸਤਵਾਰੇ ਨੂੰ। ਇਸ ਦਾ ਵਿਸ਼ਾ ਵੀ ਕੀ ਹੁੰਦਾ, ਪ੍ਰੀਤਮ ਦੀ ਸਿਫਤ ਕਰਨਾ, ਉਸਦੇ ਵਿਛੋੜੇ ਦਾ ਦੁੱਖ, ਉਸਦੇ ਮਿਲਣ ਦੀ ਤਾਂਘ ਆਦਿ ਹੁੰਦਾ ਹੈ, ਠੀਕ ਆ। ਹੁਣ ਇਸ ਦੇ ਵਿੱਚ ਵੀ ਕੀ ਹੁੰਦਾ, ਦੁਨਿਆਵੀ ਮੁਹੱਬਤ ਪਿਆਰ ਨੂੰ ਛੱਡ ਕੇ ਅਧਿਆਤਮਿਕਤਾ ਵੱਲ ਹੀ ਝੁਕਦੀਆਂ ਨੇ ਇਹ ਚੀਜ਼ਾਂ। ਜਿਵੇਂ ਬੁੱਲੇ ਸ਼ਾਹ ਨੇ ਵੀ ਸਤਵਾਰਾ ਲਿਖੇ ਨੇ, ਬੁੱਲੇ ਸ਼ਾਹ ਨੇ ਵੀ ਕੀ ਲਿਖੇ ਹੋਏ ਨੇ, ਸਤਵਾਰਾ ਲਿਖੇ ਹੋਏ ਨੇ। ਉਸ ਤੋਂ ਬਾਅਦ ਦੇਖੋ ਸੀ ਹਰਫੀ ਕਿਹੜੀ ਹੁੰਦੀ ਹੈ, ਇਸ ਦਾ ਅਰਥ ਹੁੰਦਾ ਹੈ 30 ਅੱਖਰਾਂ ਵਿੱਚ, ਇਸ ਦਾ ਅਰਥ ਹੁੰਦਾ ਹੈ 30 ਅੱਖਰੀ। ਇਸ ਨੂੰ ਸਿੰਪਲ ਤੌਰ ਤੇ ਜੇ ਕਿਹਾ ਜਾਵੇ 30 ਅੱਖਰਾਂ ਵਾਲੀ ਵੀ ਬੋਲ ਦਿੰਦੇ ਨੇ, ਠੀਕ ਹੈ ਜੀ। ਇਸ ਦੇ ਵਿੱਚ ਅਰਬੀ ਵਰਨਮਾਲਾ ਅਨੁਸਾਰ 30 ਅੱਖਰਾਂ ਦੇ ਨਾਵਾਂ ਉੱਤੇ ਛੰਦ ਰਚੇ ਜਾਂਦੇ ਹਨ। ਦੇਖੋ ਇਸ ਦੇ ਵਿੱਚ ਕੀ ਹੁੰਦਾ ਗਾ, ਅਰਬੀ ਵਰਨਮਾਲਾ ਦੇ ਅਨੁਸਾਰ 30 ਅੱਖਰਾਂ ਦੇ ਉੱਤੇ ਛੰਦ ਰਚੇ ਜਾਂਦੇ ਹਨ। ਇਹ ਯਾਦ ਰੱਖਣਾ, ਅਰਬੀ ਵਿੱਚ ਆ ਗਈ ਇਹ। ਹਰੇਕ ਅੱਖਰ ਨੂੰ ਮੁੱਢ ਵਿੱਚ ਰੱਖ ਕੇ ਕਵਿਤਾ ਉਸਾਰੀ ਜਾਂਦੀ ਹੈ, ਹਰੇਕ ਅੱਖਰ ਨੂੰ ਮੁੱਢ ਦੇ ਵਿੱਚ ਰੱਖ ਕੇ ਕਵਿਤਾ ਦੀ ਰਚਨਾ ਕੀਤੀ ਜਾਂਦੀ ਹੈ। ਅਰਬੀ ਦੇ ਵਿੱਚ ਕੀ ਹੁੰਦਾ, ਜਿਹੜੀ ਅਸਲ ਤੌਰ 'ਤੇ ਆਪਾਂ ਦੇਖੀਏ ਜਿਹੜੇ ਇਹਦੇ ਅੱਖਰ ਹੁੰਦੇ ਸਿਰਫ 28 ਨੇ ਵਰਨਮਾਲਾ ਦੇ, 28 ਨੇ। ਪਰ ਦੇਖੋ ਜਿਹੜੇ ਦੋ ਸ਼ਬਦ ਨੇਗੇ ਲਾਮ ਅਤੇ ਅਲਫ ਨੂੰ ਦੁਬਾਰਾ ਪਾ ਕੇ 30 ਬਣਾ ਲਏ ਗਏ ਨੇ। ਸਮਝ 'ਚ ਆ ਰਿਹਾ ਹੋਊਗਾ ਤੁਹਾਨੂੰ, ਜਿਹੜੇ ਅਰਬੀ ਦੇ ਅਸਲ ਅੱਖਰ ਨੇ ਉਹ ਤਾਂ ਹੈਗੇ 28 ਨੇ, ਪਰ ਲਾਮ ਅਤੇ ਅਲਫ ਨੂੰ ਦੁਬਾਰਾ ਪਾ ਕੇ 30 ਬਣਾ ਲਿਆ ਜਾਂਦਾ, ਠੀਕ ਹੈ। ਇਸ ਵਿੱਚ ਬੈਂਤ ਛੰਦ ਦੀ ਵਰਤੋਂ ਜ਼ਿਆਦਾ ਹੁੰਦੀ ਹੈ, ਯਾਦ ਰੱਖਣਾ ਇਸ ਦੇ ਵਿੱਚ ਬੈਂਤ ਛੰਦ ਦੀ ਵਰਤੋਂ ਜ਼ਿਆਦਾ ਹੁੰਦੀ ਹੈ। ਉਸ ਤੋਂ ਬਾਅਦ ਦੇਖੋ 35 ਅੱਖਰੀ, 35 ਅੱਖਰੀ ਕਿਹੜੀ ਹੁੰਦੀ ਹੈ, ਇਹ ਤਾਂ ਆਪਾਂ ਨੂੰ ਪਤਾ ਹੀ, ਆਪਣੀ ਗੁਰਮੁਖੀ ਆ ਗਈ ਹੁਣ ਤਾਂ। 35 ਅੱਖਰੀ ਕਿਹੜੀ, ਜਿਸ ਵਿੱਚ ਕਵਿਤਾ ਵਿੱਚ ਗੁਰਮੁਖੀ ਵਰਨਮਾਲਾ ਦੇ 35 ਅੱਖਰਾਂ ਦੇ ਨਾਵਾਂ ਨੂੰ ਵਾਰੋ ਵਾਰੀ ਲੈ ਕੇ ਛੰਦ ਰਚੇ ਹੋਣ। ਸਮਝ 'ਚ ਆ ਗਈ, ਜਿਸ ਦੇ ਵਿੱਚ ਗੁਰਮੁਖੀ ਮਾਲਾ ਦੇ ਵਰਨਮਾਲਾ ਦੇ 35 ਅੱਖਰਾਂ ਨੂੰ ਇੱਕ ਇੱਕ ਕਰਕੇ ਲੈ ਕੇ ਵਾਰੋ ਵਾਰੀ ਛੰਦ ਰਚੇ ਹੋਣ, ਉਹਨਾਂ ਨੂੰ ਕੀ ਕਿਹਾ ਜਾਂਦਾ ਗਾ, 35 ਅੱਖਰੀ ਕਿਹਾ ਜਾਂਦਾ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਪੱਟੀ ਨਾਂ ਦੀ ਇੱਕ 35 ਅੱਖਰੀ, ਦੇਖੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪੱਟੀ ਨਾਮ ਦੀ ਇੱਕ 35 ਅੱਖਰੀ ਰਾਗ ਆਸਾ ਵਿੱਚ ਰਚੀ ਹੈ, ਠੀਕ ਹੈ। ਉਹ ਕਿਹੜਾ ਸੀ ਪਿੱਛੇ, ਰਾਗ ਤੁਖਾਰੀ ਦੇ ਵਿੱਚ, ਹੈ ਨਾ, ਇਹ ਕਿਹੜਾ ਸੀ ਰਾਗ ਆਸਾ ਦੇ ਵਿੱਚ। ਇਹ ਚੀਜ਼ਾਂ ਯਾਦ ਰੱਖਣੀਆਂ, ਪੱਟੀ ਹੈ ਜਿਹੜੀ ਇੱਕ 35 ਅੱਖਰੀ ਹੈ ਰਾਗ ਆਸਾ ਦੇ ਵਿੱਚ ਰਚੀ ਹੋਈ ਹੈ, ਕਿਹਨਾਂ ਵੱਲੋਂ, ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ। ਇਸ ਤੋਂ ਬਾਅਦ ਦੇਖੋ ਇਸ ਵਿੱਚ ਗੁਰਮੁਖੀ ਦੇ ਅੱਖਰ ਤਰਤੀਬਵਾਰ ਆਉਂਦੇ ਨੇ, ਗੁਰਮੁਖੀ ਦੇ ਜਿਹੜੇ ਅੱਖਰ ਨੇ, ਗੁਰਮੁਖੀ ਤਾਂ ਸਮਝਦੇ ਹੋ ਊੜਾੜਾ ਈੜੀ ਆਪਣੀ ਉਹ ਚੀਜ਼ ਹੋ ਗਈ 35 ਅੱਖਰੀ, ਪਰ ਅੱਜ ਕੱਲ੍ਹ ਤਾਂ ਕਿੰਨੇ ਅੱਖਰ ਹੋ ਰਹੇ ਨੇ, 41 ਨੇ, ਹੈ ਨਾ। ਇਸ ਦੇ ਵਿੱਚ ਜਿਹੜੇ ਗੁਰਮੁਖੀ ਦੇ ਅੱਖਰ ਨੇ ਲਗਾਤਾਰ ਆਉਂਦੇ ਨੇ। ਹੁਣ ਦੇਖੋ ਜਿਵੇਂ ਆ ਤੁਸੀਂ 5 ਲਾਈਨਾਂ ਇਹਨਾਂ ਨੂੰ ਦੇਖੋ, ਇਹਨਾਂ ਨੂੰ ਦੇਖ ਕੇ ਤੁਹਾਨੂੰ ਸਮਝ 'ਚ ਆ ਜੂਗਾ। ਉੱਠ ਬੰਦੇ ਤੂੰ ਰੱਬ ਚਿਤਾਰ, ਅੱਗਾ ਆਪਣਾ ਲੈ ਸਵਾਰ, ਇਸ ਦੇਹੀ ਦਾ ਕੀ ਇਤਬਾਰ, ਸਿਰ 'ਤੇ ਹਰਦਮ ਕਾਲ ਤਿਆਰ, ਹੋ ਸੀ ਉਸਦਾ ਇੱਕ ਦਿਨ ਵਾਰ। ਹੁਣ ਦੇਖੋ, ਹੁਣ ਕੁਝ ਕੁ ਨੂੰ ਤਾਂ ਇਹ ਨਹੀਂ ਸਮਝ 'ਚ ਆ ਰਹੀ ਹੋਊਗੀ ਕਿ ਇਸ ਵਿੱਚ ਗੁਰਮੁਖੀ ਦੇ ਜਿਹੜੇ ਅੱਖਰ ਨੇ ਕਿਸ ਤਰ੍ਹਾਂ ਚੱਲ ਰਹੇ। ਹੁਣ ਦੇਖੋ ਉੱਠ ਬੰਦੇ, ਇਹ ਕਿਸ ਤੋਂ ਸਟਾਰਟ ਹੋ ਰਿਹਾ, ਊੜੇ ਤੋਂ, ਠੀਕ ਹੈ। ਅੱਗਾ ਆਪਣਾ ਆੜੇ ਤੋਂ, ਇਸ ਦੇਹੀ ਦਾ ਕੀ ਇਤਬਾਰ, ਈੜੀ ਤੋਂ, ਸਿਰ 'ਤੇ ਹਰਦਮ ਸੱਸੇ ਨਾਲ, ਹਾਹੇ ਨਾਲ, ਠੀਕ ਹੈ। ਊੜਾ ਆੜਾ ਈੜੀ, ਸਮਝ 'ਚ ਆ ਗਿਆ ਹੋਊਗਾ ਜੀ। ਦੇਖੋ ਜਿਹੜੇ 5 ਦੇ 5 ਅੱਖਰ ਨੇ ਇਹ ਗੁਰਮੁਖੀ ਦੇ ਨੇ, ਜਿਹੜੀ ਪਹਿਲੀ ਲਾਈਨ ਦੇ ਵਿੱਚ ਚੱਲਦੇ ਨੇ ਆਪਣੇ, ਊੜਾ ਆੜਾ ਈੜੀ ਸੱਸਾ ਹਾਹਾ। ਉਮੀਦ ਹੈ ਤੁਹਾਨੂੰ ਇੱਥੇ ਤੱਕ ਸਮਝ 'ਚ ਆ ਗਿਆ ਹੋਊਗਾ। ਦੇਖੋ ਜਿਹੜੇ ਇਹ 5 ਅੱਖਰ ਨੇ ਆਪਣੇ ਗੁਰਮੁਖੀ ਦੇ, ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ, ਜਿਹੜੇ ਗੁਰਮੁਖੀ ਦੇ ਅੱਖਰ ਨੇ 33 ਵਾਰ ਚੱਲਦੇ ਨੇ ਇਸ ਦੇ ਵਿੱਚ, ਕਿਸ ਚੀਜ਼ ਦੇ ਵਿੱਚ, 35 ਅੱਖਰੀ ਦੇ ਵਿੱਚ। ਸੋ ਥੈਂਕ ਯੂ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੰਨਾ ਹੀ। ਸੋ ਆਪਾਂ ਜਿਹੜਾ ਕੱਲ੍ਹ ਨੂੰ ਸਟਾਰਟ ਕਰਾਂਗੇ, ਜਿਹੜਾ ਆਪਣਾ ਸਾਹਿਤ ਦਾ ਟੋਪਿਕ ਹੈ, ਇਹ ਜ਼ਿਆਦਾ ਲੈਂਥੀ ਜਾਊਗਾ ਕੱਲ੍ਹ ਨੂੰ ਆਪਾਂ ਕਰਾਂਗੇ ਜਿਹੜਾ। ਇਸ ਤੋਂ ਬਾਅਦ ਆਪਣਾ ਚੱਲੂਗਾ ਸੱਦ ਵਾਲਾ ਟੋਪਿਕ, ਸੱਦ ਘੋੜੀਆਂ 'ਤੇ ਲਾਉਣੀਆਂ, ਗਜ਼ਲ ਹੋ ਜੂਗੀ, ਕਾਫੀ ਹੋ ਜੂਗੀ, ਰੁਬਾਈ ਹੋ ਜੂਗੀ, ਇਹ ਸਭ ਚੀਜ਼ਾਂ ਹੋਣਗੀਆਂ ਆਪਣੀ ਕਵਿਤਾ ਦੇ ਗੀਤ, ਠੀਕ ਹੈ। ਇਹ ਸਭ ਚੀਜ਼ਾਂ ਵੀ ਆਪਣੀ ਕਿਸ ਚੀਜ਼ ਦੇ ਵਿੱਚ ਆਉਣੀਆਂ, ਸਾਹਿਤ ਦੇ ਵਿੱਚ ਆਉਣੀਆਂ, ਅਤੇ ਸਾਹਿਤ ਦੇ ਵਿੱਚ ਅਲੰਕਾਰ ਵੀ ਆ ਜਾਂਦੇ ਨੇ, ਠੀਕ ਹੈ ਜੀ। ਜਿਹੜਾ ਲਗਾਤਾਰ 3-4 ਦਿਨਾਂ ਦੇ ਵਿੱਚ ਜਾ ਕੇ ਇਹ ਆਪਣਾ ਜਿਹੜਾ ਟੋਪਿਕ ਆ ਕਵਰ ਹੋ ਜੂਗਾ। 2 ਕੁ ਦਿਨ ਤਾਂ ਹੋਰ ਆਪਾਂ ਨੂੰ ਲੱਗ ਹੀ ਜਾਣਗੇ, ਕਿਉਂਕਿ ਕਾਫੀ ਲੈਂਥੀ ਜਾਊਗਾ। ਆਪਾਂ ਵਧੀਆ ਇਸ ਨੂੰ ਪੂਰੇ ਸਮਝ ਨਾਲ ਕਰਾਂਗੇ, ਠੀਕ ਹੈ ਜੀ। ਸੋ ਮਿਲਦੇ ਹਾਂ ਜੀ ਕੱਲ੍ਹ ਨੂੰ ਇਸੇ ਟਾਈਮ 'ਤੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਸੋ ਥੈਂਕ ਯੂ।